ਬਹੁਤ ਧੰਨਵਾਦ ਮਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬੜੀ ਕੀਮਤੀ ਗੱਲਾਂ ਕੀਤੀਆਂ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਮੀ ਜਿਹੜੀ ਉਮਰ ਹੋਣ ਦੇ ਬਾਵਜੂਦ ਇੰਨੀ ਉਹਨਾਂ ਦੀ ਯਾਦਾਸ਼ਤ ਹੈ। ਹਾਲੇ ਵੀ ਉਹਨਾਂ ਦਾ ਮਨ ਕਰਦਾ ਸੀ ਕੁਛ ਹੋਰ ਕਹਿਣ ਨੂੰ, ਪਰ ਸਮੇਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹੁਣ ਮੈਂ ਸਾਡੇ ਸਤਿਕਾਰਯੋਗ ਮਿੱਠ ਬੋਲੜੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਾਹਿਬ ਭਰਪੂਰ ਸਿੰਘ ਜੀ ਗਰੇਵਾਲ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਕੋਲ ਵਿਚਾਰ ਜਾਂ ਚੁਟਕਲੇ ਜੋ ਕੁਛ ਵੀ ਉਹ ਕਹਿਣਾ ਚਾਹੁੰਦੇ ਹਨ ਕਹਿਣ। ਸਾਹਿਬ ਭਰਪੂਰ ਸਿੰਘ ਜੀ ਗਰੇਵਾਲ ਪ੍ਰਧਾਨ ਸਾਹਿਬ, ਪ੍ਰਧਾਨਗੀ ਮੰਡਲ ਵਿੱਚ ਬੈਠੇ ਹੋਏ ਮੇਰੇ ਸਤਿਕਾਰਯੋਗ ਮੈਂਬਰ ਅਤੇ ਸਾਥੀਓ, ਜਿਹੜਾ ਇਹ ਆਪਣਾ ਪ੍ਰੋਗਰਾਮ ਹੈਗਾ ਹੈ ਇੱਕ ਨਵੇਕਲਾ ਜਿਹਾ ਆਪਣਾ ਸ਼ੁਰੂ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਉਹ ਕਾਮਯਾਬੀ ਨਾਲ ਚੱਲਦਾ ਰਹੂਗਾ, ਪਰਮਾਤਮਾ ਕਰੇ। ਸਾਡੇ ਪਿਛਲੇ ਪ੍ਰਧਾਨਾਂ ਨੇ ਕੋਈ ਨਵੀਆਂ ਪ੍ਰਤਾਂ ਪਾਈਆਂ ਹੈ, ਜਿਵੇਂ ਕਿ ਆਪਣੇ ਸਰਦਾਰ ਜੈਵ ਸਿੰਘ ਮਾਨ ਨੇ ਵੀ ਇੱਕ ਪਰਤ ਪਾਈ ਹੈ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਵਾਕ ਫਾਰ ਹੈਲਥ, ਅਤੇ ਇਸੇ ਤਰ੍ਹਾਂ ਸ਼੍ਰੀ ਜਗਜੀਤ ਸਿੰਘ ਨੇ ਵੀ ਇੱਕ ਐਸੀ ਚੀਜ਼ ਆਪਾਂ ਨੂੰ ਦਿੱਤੀ ਹੈ ਜਿਹੜੀ ਕਿ ਆਪਾਂ ਹਰ ਸਾਲ ਹੀ ਇਹਨਾਂ ਨੂੰ ਸ਼ੁਰੂ ਕਰ ਲਿਆ ਹੈ। ਅਤੇ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵਾਧਾ ਹੁੰਦਾ ਜਾਊਗਾ, ਅਤੇ ਅਸੀਂ ਇੱਕ ਦੋ ਨਹੀਂ ਸਾਲ ਦੇ ਵਿੱਚ ਚਾਰ ਪੰਜ ਇਹੋ ਜਿਹੇ ਪ੍ਰੋਗਰਾਮ ਮਨਾਉਂਦੇ ਅਤੇ ਆਨੰਦ ਮਾਣਦੇ ਰਹਾਂਗੇ। ਸੋ ਮੈਂ ਤਾਂ ਆਪਣੇ ਵੱਲੋਂ ਐਵੇਂ ਨਿਗੂਣਾ ਜਿਹਾ ਹਿੱਸਾ ਪਾਉਂਦਾ ਹੁੰਦਾ ਇੱਥੇ ਵੀ ਚਾਰ ਦੋ ਗੱਲਾਂ ਤੁਹਾਨੂੰ ਸੁਣਾ ਕੇ ਆਪਣਾ ਯੋਗਦਾਨ ਪਾ ਦਿੰਦਾ। ਸੋ ਗੱਲ ਚੱਲੀ ਹੈ ਜੱਗ ਜਿਉਂਦਿਆਂ ਦੇ ਮੇਲੇ। ਸੋ ਕੁਛ ਆਪਣੇ ਵਰਗੇ ਪੰਜ ਚਾਰ ਦੋਸਤ ਮਿੱਤਰ ਇਕੱਠੇ ਹੋਏ ਸੀ, ਕਿਸੇ ਮੇਲੇ ਨੂੰ ਜਾ ਰਹੇ ਸੀ। ਜਿੱਥੇ ਮੇਲਾ ਹੁੰਦਾ ਸੀ ਸਾਹ ਦੇ ਵਿੱਚ ਦਰਿਆ ਪੈਂਦਾ ਸੀ, ਦਰਿਆ ਦੇ ਵਿੱਚ ਪੱਕਣ ਤੋਂ ਬੇੜੀ ਦੇ ਵਿੱਚ ਨੰਘ ਕੇ ਫਿਰ ਜਾਣਾ ਪੈਂਦਾ ਸੀ। ਉਹ ਬੇੜੀ ਵਿੱਚ ਪੂਰ ਤੇ ਬੜੇ ਤਿਆਰ ਸੀ ਬੇੜੀ ਜਾਣ ਵਾਸਤੇ, ਬਹਿਣ ਲੱਗੇ ਤਾਂ ਉਹਨਾਂ 'ਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਯਾਰ ਆਪਾਂ ਛੱਡੋ ਪਰ ਇਸ ਬੇੜੀ 'ਚ ਨਹੀਂ ਬਹਿਣਾ, ਹੋਰ ਬੇੜੀ 'ਚ ਬਹਿ ਜਾਂਗੇ। ਨਾਲ ਦਿਆਂ ਨੇ ਬੜਾ ਜ਼ੋਰ ਪਾਇਆ ਪਰ ਉਹ ਮੰਨਿਆ ਨਹੀਂ ਅਤੇ ਉਹ ਰੋਕ ਲਿਆ। ਥੋੜ੍ਹੇ ਦੇਰ ਪਿੱਛੋਂ ਹੋਰ ਬੇੜੀ ਆਈ ਤਾਂ ਉਸ ਬੇੜੀ ਵਿੱਚੋਂ ਬਹਿ ਕੇ ਚਲੇ ਗਏ। ਪਤਾ ਕੀ ਲੱਗਿਆ ਕਿ ਉਹ ਪਹਿਲੀ ਬੇੜੀ ਸੀ ਡੁੱਬ ਗਈ। ਤਾਂ ਨਾਲ ਦਿਆਂ ਨੇ ਪੁੱਛਿਆ ਵੀ ਤੂੰ ਪਹਿਲੀ ਬੇੜੀ 'ਚ ਕਿਉਂ ਕਿਹਾ ਸੀਗਾ ਕਿ ਤੈਨੂੰ ਇੰਨਾ ਕਿੰਨਾ ਇਲਮ ਹੋ ਗਿਆ ਕਿ ਉਹ ਬੇੜੀ ਨੇ ਡੁੱਬ ਜਾਣਾ ਸੀ? ਉਹ ਕਹਿੰਦਾ ਨਹੀਂ ਮੈਂ ਤਾਂ ਉਹ ਹਿਸਾਬ ਹੀ ਲਾਇਆ ਸੀ ਵੀ ਉਹਦੇ ਵਿੱਚ ਇੱਕ ਬੇੜੀ 'ਚ ਉੱਠ ਬੈਠਾ ਸੀ ਅਤੇ ਇੱਕ ਮਦਾਰੀ ਬੈਠਾ ਸੀਗਾ, ਉਹਦੇ ਬਾਂਦਰ ਵਾਲਾ ਜਿਹੜਾ ਖੇਡੇ ਪਾਉਂਦਾ ਉਹਦੇ ਕੋਲ ਬਾਂਦਰ ਵੀ ਸੀ, ਅਤੇ ਇੱਕ ਕਹਿੰਦਾ ਭੈਗਾ ਜਿਹਾ ਬੰਦਾ ਵੀ ਖੜਾ ਸੀ ਉਹਦੇ ਵਿੱਚ ਕਾਣਾ ਜਿਹਾ, ਅਤੇ ਉਹਦੇ ਕੋਲ ਇੱਕ ਸੋਟੀ ਪੜੀ ਵੀ ਸੀ। ਅਤੇ ਮੈਂ ਅੰਦਾਜ਼ਾ ਹੀ ਲਾਇਆ ਵੀ ਇਹ ਜਿਹੜੇ ਭੈਗੇ ਬੰਦੇ ਹੁੰਦੇ ਆ ਇਹ ਆਪ ਤੇ ਆਪ ਤਾਂ ਮਜ਼ਬੂਰ ਹੁੰਦੇ ਆ, ਇਹਨੇ ਹਿਲਤ ਜ਼ਰੂਰ ਕਰਨੀ। ਉਹੀ ਗੱਲ ਹੋਈ ਕਿ ਉਹਨੇ ਬਾਂਦਰ ਨੂੰ ਬੈਠਾ ਸੀ ਨਾ, ਬਾਂਦਰ ਦੇ ਪਿੱਛੇ ਸੋਟੀ ਲਾਈ, ਜਦ ਸੋਟੀ ਲਾਈ ਤਾਂ ਬਾਂਦਰ ਚੋਂ ਫੁੜ ਕੇ ਚਿੜਚਿੜ ਕਰਦਾ ਜਾ ਕੇ ਬੋਤੇ 'ਤੇ ਬੈਠਾ, ਅਤੇ ਬੋਟਾ ਵਿਚਾਰਾ ਡਰ ਗਿਆ, ਬੋਤੇ ਨੇ ਉੱਠ ਕੇ ਛਾਲ ਮਾਰੀ, ਬੇੜੀ ਡੋਲ ਗਈ, ਬੇੜੀ ਡੁੱਬ ਗਈ। ਸੋ ਕਈਆਂ ਸਿਆਣਿਆਂ ਬੰਦਿਆਂ ਦੇ ਜਿਹੜੇ ਨਾ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ। ਚਾਹ ਕਰਦੇ ਕਰਦੇ ਉਹ ਫਿਰ ਮੇਲੇ ਪਹੁੰਚ ਗਏ, ਜਾਂ ਮੇਲੇ ਪਹੁੰਚ ਗਏ ਉਹ ਤੁਰੇ ਜਾਂਦੇ ਸੀ, ਉੱਥੇ ਵੀ ਉਹੋ ਜਿਹਾ ਇੱਕ ਬੰਦਾ ਜਿਹੜਾ ਸਿਆਣਾ ਹਿਲਤੀ ਜਿਹਾ ਸੀਗਾ ਉਹ ਮਿਲ ਪਿਆ ਉਹਨਾਂ ਨੂੰ, ਉਹ ਅੱਗੇ ਤੁਰੇ ਜਾਂਦੇ ਸੀ ਅਤੇ ਉਹਦੇ ਕੋਲ ਚਿੜੀ ਜੀ ਸੀਗੀ ਅਤੇ ਉਹਨੇ ਉਸੇ ਬੰਦੇ ਨੇ ਚਿੜੀ ਜੀ ਲਾਈ ਅਤੇ ਉਹਨੇ ਪਿੱਛੇ ਦੇਖਿਆ ਵਿਆਹ ਇਹਨੇ ਹਿਲਤ ਕੀਤੀ, ਉਹਨੇ ਕੱਢਿਆ। ਉਹਨਾਂ ਦੇ ਨਾ ਜੇ ਰੁਪਈਆ ਬੜੀ ਚੀਜ਼ ਹੁੰਦੀ ਸੀ, ਰੁਪਈਆ ਕੱਢ ਕੇ ਉਹਨੂੰ ਫੜਾ ਲਿਆ ਨਾਲ ਦਿਆਂ ਦੇ, ਯਾਰ ਤੂੰ ਹੱਦ ਕੀਤੀ, ਚਾਰ ਚਪੇੜਾਂ ਲਾਉਣਗੀਆਂ ਸੀ ਇਹਦੇ। ਉਹਨੇ ਕਹਿੰਦਾ ਮੈਂ ਤਾਂ ਇਹਨੂੰ ਨਾ ਹੌਸਲਾ ਵਧਾਇਆ, ਇਨਾਮ ਹੀ ਦਿੱਤਾ। ਉਹ ਥਲੇ ਤੁਰੇ ਜਾਂਦੇ ਸੀ, ਉਹਨੇ ਆਖਿਆ ਵੀ ਆਹ ਤਾਂ ਕੰਮ ਵੀ ਬਣ ਗਿਆ, ਵਿਹਲਾ ਹੀ ਵੇਖਾਂਗੇ। ਤੁਰੇ ਜਾਂਦੇ ਇੱਕ ਹੋਰ ਜਿਸ ਤਰ੍ਹਾਂ ਚਿੜੀ ਲਾ ਸੀ, ਪਰ ਉਹ ਬੜਾ ਬੰਦਾ ਜਿਹੜਾ ਹੜਬ ਜਿਹਾ ਸੀਗਾ, ਖੜਬੂ ਜਿਹਾ ਸੀਗਾ, ਉਹਨੇ ਪੜ ਕੇ ਟਾਲਿਆ ਗੋਡਿਆਂ ਥੱਲੇ ਦੇ ਲਿਆ, ਰਾੜ ਪਿਆ ਪਵੇ ਅਤੇ ਕਹਿੰਦਾ ਮਿੱਤਰਾ ਐਂ ਕਰ ਵੀ ਅਗਲਾ ਰੁਪਇਆ ਵੀ ਲੈ ਲਾ ਮੇਰੇ ਛੱਡ ਦੇ ਤੂੰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿੰਦੀਆਂ। ਆਪਣੇ ਪੰਜਾਬੀਆਂ ਦੇ ਵਿੱਚ ਰੇਡੀਓ ਸਟੇਸ਼ਨ ਜਲੰਧਰ ਤੋਂ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ ਜਿਹਦੇ 'ਚ ਇੱਕ ਫੀਚਰ ਆਉਂਦਾ ਹੁੰਦਾ ਸੀ, ਮੇਰੇ ਨਾਲ ਦਾ ਵੀ ਕੋਈ ਕਮਲਾ ਹੋ ਸਕਦਾ, ਮਹੀਨੇ ਦੇ ਵਿੱਚ ਇੱਕ ਵਾਰੀ ਆਉਂਦਾ ਹੁੰਦਾ ਸੀ। ਮੈਂ ਤਕਰੀਬਨ ਸਾਰੇ ਫੀਚਰ ਸੁਣੇ ਸੀਗੇ।
एक फीचर मैं एक या दो सुना तो बाकी कितने फिर सही। एक बंदा नवा नवा आपके सौरी गया, सौरी गया उ गया तो बहर पिंड तो बहर गए तो पता लग्या भी एक उ लकड़ा जी कसिया जी छिकंजा जहा बनाया हुआ पिया। तो उन्होंने पूछता लोगों आपके सहरे वाले यार आ की है, वह आना भी साढ़े पिंड का रिवाज है भी जे कोई इतने कोई नरमा नुरमा झूठा फड़ा जाए या कोई होर काम कोई गलत करना फड़ा जाए तो पंचायत उन्होंने सज़ा दी है भी शिकंजे च फसा देंगे। तो जोड़ा नंगे ना उसे सुकया जहाँ भी छत्र रखे होंगे भी जोड़ा नंगे ना वो उन्हें पांच छत्र जरूर मारने, जोड़ा नहीं मारू उन्होंने भी सज़ा मिलेगी। सोचा सोचने लग गया तो अगले दिन जाके सदे ही उठे, सदे उठ के जाके आता भी शिकंजा जो तो वेखिए तो कल ही उठ गया बहर जाके देखा वेख वो किधर है वेखे जो पैर धरते उ करके बिच उमे ज पै गया पैदा ने करद ने हाँ एक जनी ना वह एक डंडा जहा खिंचता वो डंडा खिंचन की देर से शिकंजे च फस गया, शिकंजा च फस गया उदू डंड चढ़ गया। जोड़ा भी पिंड लंघे चार छत्र चके हो चार पांच हो मार दे, जोड़ा पिंड लंघे चार चके चके छत्र चार पांच मार दे। हौली हौली करद्या पता लगे जिन्हों का प्रौना से भी भाई थोड़ा प्रौना उसे शिकंजे मरना पाया। वो आए कहना उन्होंने आके मैंने कढ़िया, मैंने कढ़े घरे रह गए मैंने खाण पीन कह मैं कह मंजे से बह जा मंजे से बहन बहन का मेरा हाल ही कोई नहीं। कहता जब मैं बैठन लगे सी सी हार के मैं फिर खड़ा हो जा। कहता वो दिन जा अगले दिन मैं जो तड़के से सहुरे तो बचा मुड़ गया इतों लैके मैं सहुरे ही नहीं गया। सुन तो ही दसो कहता मेरे नाल कोई सियाणा हो सकता। सो इस तरह के बंदे भी होंगे है। तो हम मैं कल परसों ही एक इंटरनेट पर एक छोटा जहा चुटकला सुनिया थोड़े ने साझा कर लगे। गल एक है नवे नवे जिमें अपने हूँ आते इतने इंडिया च आप कनेडा इंडिया तो कनेडा आने अगे तो हम फैमिली परिवार च आ जाते पेरेंट्स और परिवार के हिसाब से आ जाते हम थोड़े जे जगा है सुपर वीजे वगैरह से भी आ जाते हैं। सो कोई भी दोनों जी माँ प्यो जे आपके लड़के को सुपर वीजे इतने आए तो आए तो उत्थे आके भाई तो पता लगे पहला तो पता नहीं लगे हौली हौली पता लगे जो उ मुंडा से ना वो दारू बड़ा पीण का ज्यादा लग गया पिंड च नहीं इन्ना पीता से इतने आके बचार चल पीण लग गया। उस भाई जी वो भी घंटे बेचारे पीते होंगे इतने जब भी घंटा आया तो जादू वाहवा सारी पी जाए तो खुद खराब जहाँ भी करे तो उन्हें रिश्तेदार इतने उत्थे भी सके एक भी घंटे उन्होंने आपने सारे रिश्तेदार सदे भी इन्हें समझाएंगे सद के जहाँ उन्होंने समझाया सारे कह लगे देख भाई तू ए कर दारू इन्नी नहीं पीनी चाहिए अक्षर तू पता है जो समझाई गल सारे परिवार बैठे सके वह कहता भी चलो उन्होंने कहते भी चल एवं ना कर तू हौली हौली छड़ दे कटा दे एकदम तो चढ़ोनी औखी है हौली हौली कटा दे। कहता चंगा वो अभी अग पीता अभी अग पीता क्या इन्ना एक दिन कहते भी तू ए कर इन्नी ना पी थोड़ी जल छड़ दे। वह बापू भी आया सी तो वह कहें ए कर दूड़ पा तू पीला चल अद पा जो आपके बापू दे दे बापू देती अद पा पाई बापू देती चलो ठीक है सारे मुड़ के भी हौली हौली कटा दूंगा। जब रात को पे तो बापू न बाबा लोर आ गई देखा चरने की बेबे आता कहते देखी नहीं सी अज तक जी पीती है शहर आ गई सी पिंड का कहते मोटा संतरा ही पीता रहा मैं कहता पता ही नहीं लगता है ये बहुत वधिया करते करते लोर चाहे गल करते रहे होर करते रहे अद्धी रात तक बेचारे दोनों जी गल करते रहे। कहता ला मैं तो हूँ चेता आया जो अपना चरना इतने आया से ना तो उस अपने पैसे तुड़ गए थे तो मैं तेरे सोने दी चूड़ियां आप वेचती हूँ ना कहता आप चलेंगे तेरे सोने दी चूड़ियां लैके देगा वह आँदी हाँ अपना ठेका भी आया होगा फिर लैना ठेका नहीं सवेरे परसों पर स्टोर चलेंगे हमने लै जाएंगे चलो जी करते करते सौ गए। सो अगला दिन फिर उस दिन आया उधर शुक्रवार से शनिचरवार काके ने फिर पैनी शुरू करती जब हाथ ने पीनी शुरू करती वो जो वो पैग लाई जाए चरने का बापू को बैठा सामने वो काका छड़ दे फिर वो पैग पा ले बंदी पिछों वो काका मैं ना तेन छड़ दे बापू चुप कर है ना वो कवे छड़ दे कहे चुप कर उदू चरने की बेबे आ गई कि उन्हें वेख्या गल वो पुत तेन नहीं आना छड़न तेरा बापू आना मेरे हाथ थोड़ी छड़ दे कहती कल इन्हें पी ली जी ना रात सोनी नंगी चंगा सोना रात दी कट्टी तू ऐ करे कर थोड़ी जी भी दे दया कर।
ਸੋ ਇਹ ਗੱਲ ਹੈ ਵੀ ਜਿਹੜੇ ਇੱਥੇ ਆਉਂਦੇ ਨਾ ਤਾਂ ਉਹ ਫਿਰ ਚੁੜੀਆਂ ਝਾੜੀਆਂ ਜਾਂ ਕੁਛ ਗੱਲ ਤਾਂ ਇਸ ਤਰ੍ਹਾਂ ਮਿਲ ਹੀ ਜਾਂਦੀਆਂ। ਸੋ ਇੰਨਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।